ਤਕਲੀਫ਼ ਤੇ ਪਿਆਰ ਤੋਂ ਇਹੋ ਜਿਹੀਆਂ ਚੀਜ਼ਾਂ ਜੁੜ ਗਈਆਂ ਕਿ ਦੁਨੀਆਂ ਦੇ ਵਿੱਚ ਇੱਕ ਧਾਰਨਾ ਬਣ ਗਈ ਕਿ ਜੇ ਕੋਈ ਇਨਸਾਨ ਮੈਨੂੰ ਤਕਲੀਫ਼ ਦੇ ਰਿਹਾ ਇਹਦਾ ਮਤਲਬ ਉਹ ਮੈਨੂੰ ਪਿਆਰ ਕਰ ਲਿਆ, ਹੈ ਨਾ। ਹੁਣ ਬੱਚਾ ਉਹਨੂੰ ਡਿਫਰੈਂਸ਼ੀਏਟ ਨਹੀਂ ਕਰ ਸਕਿਆ ਕਿ ਪਿਆਰ ਤੇ ਤਕਲੀਫ਼ ਦਾ ਤੇ ਆਪਸ 'ਚ ਕੋਈ ਸੰਬੰਧ ਨਹੀਂ ਹੈ। ਕੋਈ ਜ਼ਰੂਰੀ ਥੋੜ੍ਹੀ ਹੈ ਕਿ ਕਿਸੇ ਇਨਸਾਨ ਨੂੰ ਤੁਸੀਂ ਪਿਆਰ ਕਰੋ ਅਤੇ ਉਸ ਬੰਦੇ ਨੂੰ ਤਕਲੀਫ਼ ਵੀ ਦਿਓ। ਪਰ ਜਿਉਂ ਹੀ ਇਹ ਪ੍ਰੋਸੈਸ ਅੱਗੇ ਚੱਲਦਾ ਗਿਆ ਅਤੇ ਜਦੋਂ ਬੱਚਾ ਵੱਡਾ ਹੋਇਆ, ਅਡੋਲੋਸੈਂਸ 'ਚ ਆਇਆ, ਅਡਲਟਹੁੱਡ 'ਚ ਆਇਆ, ਅਤੇ ਉਹਦੇ ਰਿਲੇਸ਼ਨਸ਼ਿਪ ਉਹਨਾਂ ਲੋਕਾਂ ਨਾਲ ਹੋ ਗਏ, ਆਮ ਤੌਰ 'ਤੇ ਅਫੇਅਰ, ਆਮ ਤੌਰ 'ਤੇ ਜਿਹੜੀ ਰਿਲੇਸ਼ਨਸ਼ਿਪ ਬਣਦੇ ਆ ਨਾ, ਉਹਨਾਂ ਦੇ ਵਿੱਚ ਤੁਸੀਂ ਦੇਖੋਗੇ ਓਬਸੈਸ਼ਨ, ਪੇਨ ਅਤੇ ਲਵ, ਇਹਨੂੰ ਨਾ ਇਕੱਠਾ ਇਕੱਠਾ ਕਰਤਾ ਗਿਆ, ਰਾਈਟ। ਹੁਣ ਇਹ ਬੱਚਾ ਜਿਹੜਾ ਇਸ ਟਰੋਮੈਟਿਕ ਈਵੈਂਟਸ ਦੇ ਨਾਲ ਵੱਡਾ ਹੋਇਆ, ਜਿਹਦੇ 'ਚ ਉਹਨੇ ਘਰ 'ਚ ਟਰੋਮਾ ਦੇਖਿਆ, ਜਿਹੜਾ ਉਹ 'ਚ ਘਰ 'ਚ ਉਹਨੇ ਕੌਨਫਲਿਕਟ ਦੇਖੇ, ਜਿਹਦੇ 'ਚ ਉਹਨੇ ਘਰ 'ਚ ਬਚਪਨ 'ਚ ਹੀ ਸ਼ਰਾਬੀਪਨ ਦੇਖਿਆ, ਜਿਹਨੇ ਦੇਖਿਆ ਕਿ ਬਹੁਤ ਸਾਰੀਆਂ ਤਕਲੀਫ਼ਾਂ ਘਰ 'ਚ ਹੋ ਰਹੀਆਂ, ਉਹਨੇ ਇਹ ਸੋਚ ਲਿਆ ਕਿ ਪਿਆਰ ਅਤੇ ਇਹ ਜਿਹੜੀ ਤਕਲੀਫ਼ਾਂ ਹੈ ਨਾ ਇਕੱਠੀਆਂ ਇਕੱਠੀਆਂ ਰਹਿਣਗੀਆਂ। ਹੁਣ ਉਹ ਇਨਸਾਨ ਤਕਲੀਫ਼ਾਂ ਨੂੰ ਇਸ ਕਰਕੇ ਬਰਦਾਸ਼ਤ ਕਰ ਰਿਹਾ ਕਿਉਂਕਿ ਉਹਦਾ ਇਹ ਮਤਲਬ ਜਿਹੜਾ ਜੁੜ ਰਿਹਾ ਪਿਆਰ ਦੇ ਨਾਲ। ਸੋ ਇਸ ਕਰਕੇ ਜਦੋਂ ਕਿਸੇ ਇਹੋ ਜਿਹੇ ਬੱਚੇ ਦੀ ਡਿਵੈਲਪਮੈਂਟ ਹੁੰਦੀ ਹੈ ਜਿਹਦੇ ਵਿੱਚ ਘਰ ਦੀ ਜਿਹੜੀ ਫੈਮਿਲੀ ਹੈ ਉਹ ਡਿਸਆਰਗਨਾਈਜ਼ ਫੈਮਿਲੀ ਹੁੰਦੀ ਹੈ ਜਾਂ ਜਿੱਥੇ ਇਹੋ ਜਿਹੇ ਬਿਲੀਫ ਸਿਸਟਮ ਪਲਦੇ ਹੈ, ਬੱਚਾ ਜਦੋਂ ਅਗਲੇ ਘਰ 'ਚ ਵੀ ਜਾਂਦਾ ਹੈ ਨਾ ਜਾਂ ਕਿਤੇ ਬਾਹਰ ਜਾ ਕੇ ਵੀ ਰਿਲੇਸ਼ਨਸ਼ਿਪ ਬਣਾਉਂਦਾ, ਉਹਦੇ ਵਿੱਚ ਇਹਨਾਂ ਦੋਨਾਂ ਜੀਆਂ ਦੇ ਜੋੜ ਨੂੰ ਡਿਫਰੈਂਸ਼ੀਏਟ ਨਹੀਂ ਕਰ ਪਾਉਂਦਾ, ਜਿਸ ਕਰਕੇ ਬੱਚੇ ਨੂੰ ਇਹ ਸਮਝ ਨਹੀਂ ਆਉਂਦੀ ਵੀ ਇਹ ਜਿਹੜਾ ਬੰਦਾ ਮੇਰੇ ਨਾਲ ਜੁੜਿਆ ਹੋਇਆ ਹੈ ਇਹ ਠੀਕ ਬੰਦਾ ਨਹੀਂ ਹੈ। ਜੇ ਮੈਨੂੰ ਤਕਲੀਫ਼ਾਂ ਦੇ ਰਿਹਾ ਤੇ ਇਹਦਾ ਮਤਲਬ ਹੈ ਕਿ ਇਹ ਬੰਦਾ ਮੇਰੇ ਵਾਸਤੇ ਮੈਚ ਨਹੀਂ ਕਰਦਾ। ਹੁਣ ਤੁਸੀਂ ਦੇਖੋ ਕਿ ਇਹ ਕਿੰਨੀ ਜ਼ਬਰਦਸਤ ਇੱਕ ਮਿਸਲੀਡਿੰਗ ਬਿਲੀਫ ਸਿਸਟਮ ਜੁੜ ਗਿਆ ਕਿ ਜਿਹੜੇ ਹਸਬੈਂਡ ਆਪਣੇ ਵਾਈਫਸ ਨੂੰ ਬੀਟ ਕਰ ਰਹੇ ਆ ਜਾਂ ਬੇਇੱਜ਼ਤ ਕਰ ਰਹੇ ਆ ਜਾਂ ਟਰੋਮੈਟਿਕ ਕਰ ਰਹੇ ਆ ਜਾਂ ਇਸ ਤਰ੍ਹਾਂ ਦੇ ਲਫ਼ਜ਼ ਬੋਲ ਰਹੇ ਆ ਜਿਹਦੇ 'ਚ ਉਹਨੂੰ ਨੀਵਾਂ ਦਿਖਾਇਆ ਜਾ ਰਿਹਾ ਜਾਂ ਉਹਦੇ ਘਰਦਿਆਂ ਦੇ ਸਾਹਮਣੇ, ਉਹਦੇ ਆਪਣੇ ਪੇਰੈਂਟਸ ਸਾਹਮਣੇ ਜਾਂ ਆਪਣੇ ਪੇਰੈਂਟਸ ਸਾਹਮਣੇ ਇਨਸਲਟ ਕਰਦੇ ਆ, ਤੇ ਨਾਲ ਨਾਲ ਇੱਕ ਰੀਇਨਫੋਰਸ ਕੀਤਾ ਜਾਂਦਾ ਵੀ ਉਹ ਤੈਨੂੰ ਪਿਆਰ ਕਰਦਾ ਨਾ ਇਸ ਕਰਕੇ ਤੇਰੇ ਨਾਲ ਇਹ ਕਰ ਰਿਹਾ। ਫਿਰ ਉਹਦੇ ਨਾਲ ਇੱਕ ਕੇਅਰ ਦਾ ਜੁੜ ਜਾਂਦਾ ਕਿ ਕਿਉਂਕਿ ਮਾਂ ਪਿਓ ਛੋਟੇ ਹੁੰਦਿਆਂ ਚੀਜ਼ਾਂ ਪ੍ਰੋਵਾਈਡ ਕਰ ਰਹੇ ਹੁੰਦੇ ਆ, ਸਾਰੀਆਂ ਚੀਜ਼ਾਂ ਪ੍ਰੋਵਾਈਡ ਕਰ ਰਹੇ ਹੁੰਦੇ ਆ, ਕੇਅਰਗਿਵਰ ਜੋ ਹੁੰਦੇ ਆ, ਤੇ ਉਹ ਫਿਰ ਜਦੋਂ ਵੱਡੇ ਹੋ ਕੇ ਕੋਈ ਇਨਸਾਨ ਆਪਣੀ ਵਾਈਫ ਜਾਂ ਆਪਣੇ ਕਿਸੇ ਵੀ ਪੇਰੈਂਟਸ ਨੂੰ ਜਾਂ ਲੇਡੀ ਨੂੰ ਜਦੋਂ ਬੇਇੱਜ਼ਤ ਕਰਦਾ ਤੇ ਨਾਲ ਉਹਨੂੰ ਲਿਆ ਕੇ ਕੋਈ ਚੀਜ਼ ਦੇ ਦਿੰਦਾ, ਉਹਨਾਂ ਨੂੰ ਇਹ ਹੋਰ ਪੱਕਾ ਹੋ ਜਾਂਦਾ ਵੀ ਅੱਛਾ ਇਹ ਮੇਰਾ ਪ੍ਰੋਵਾਈਡਰ ਵੀ ਤੇ ਹੈਗਾ ਹੀ ਹੈ, ਜੇ ਮੈਨੂੰ ਰਾਤ ਨੂੰ ਥੋੜ੍ਹਾ ਬਹੁਤ ਹਿਊਮੀਲੇਟ ਕਰ ਵੀ ਲੈਂਦਾ, ਲੋਕਾਂ ਸਾਹਮਣੇ ਬੇਇੱਜ਼ਤ ਕਰ ਵੀ ਲੈਂਦਾ, ਪਰ ਹੀ ਇਜ਼ ਮਾਈ ਆਨ ਦਾਤਾ, ਇਹ ਮੈਨੂੰ ਪ੍ਰੋਵਾਈਡ ਵੀ ਤੇ ਕਰਦਾ ਪਿਆ, ਖਾਣਾ ਪ੍ਰੋਵਾਈਡ ਕਰਦਾ ਪਿਆ, ਸ਼ੈਲਟਰ ਪ੍ਰੋਵਾਈਡ ਕਰਦਾ ਪਿਆ, ਇਹ ਮੈਨੂੰ ਸੰਭਾਲ ਕੇ ਰੱਖਦਾ ਹੈ, ਜਦੋਂ ਮੈਂ ਚਾਹਵਾਂ ਤੇ ਮੇਰੀ ਜ਼ਰੂਰਤਾਂ ਪੂਰੀਆਂ ਕਰ ਦਿੰਦਾ, ਜਦੋਂ ਮੈਂ ਕਹਾਂ ਮੈਨੂੰ ਨਵਾਂ ਸੂਟ ਚਾਹੀਦਾ ਨਵਾਂ ਸੂਟ ਸਵਾ ਦਿੰਦਾ, ਪਰ ਨਾਲ ਬੇਇੱਜ਼ਤੀ ਕਰਦਾ। ਹੁਣ ਇਹ ਜਿਹੜਾ ਪੱਖ ਹੈ ਨਾ, ਇਸ ਚੀਜ਼ ਨੂੰ ਤੁਸੀਂ ਅੱਗੇ ਲੈ ਕੇ ਜਾਓ ਤੇ ਇਹ ਸਾਡੀ ਅਡਿਕਸ਼ਨ ਵਾਸਤੇ ਬੜਾ ਜ਼ਬਰਦਸਤ ਕੰਮ ਕਰਦਾ ਕਿ ਜਿਹੜੀ ਚੀਜ਼ ਸਾਨੂੰ ਤਕਲੀਫ਼ ਦਿੰਦੀ ਹੈ ਉਹ ਚੀਜ਼ ਸਾਨੂੰ ਪਿਆਰ ਦਿੰਦੀ ਹੈ। ਹੁਣ ਤੁਸੀਂ ਦੇਖੋ ਕਿ ਸਾਡੇ ਘਰਾਂ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਤਸਾਦਮ ਹੈ, ਸਾਡੇ ਘਰਾਂ ਦੇ ਵਿੱਚ ਜਿਹੜੀਆਂ ਲੜਾਈਆਂ ਨਾ, ਉਹ ਸਭ ਤੋਂ ਕਲੋਜ਼ ਰਿਲੇਸ਼ਨਸ਼ਿਪ 'ਚ ਹੁੰਦੀਆਂ, ਕਦੀ ਦੂਰ ਰਿਲੇਸ਼ਨਸ਼ਿਪ ਦੇ ਵਿੱਚ ਨਹੀਂ ਹੁੰਦੀਆਂ। ਐਂਡ ਸਭ ਤੋਂ ਵੱਡੇ ਕਨਫਲਿਕਟ ਜਿਹੜੇ ਰਹਿੰਦੇ ਆ ਨਾ, ਉਹ ਉਹਨਾਂ ਰਿਲੇਸ਼ਨਸ਼ਿਪ 'ਚ ਹੁੰਦੇ ਆ ਜਿੱਥੇ 'ਚ ਅਸੀਂ ਇੱਕ ਦੂਜੇ ਨੂੰ ਸਭ ਤੋਂ ਜ਼ਿਆਦਾ ਜਾਣਦੇ ਹੁੰਦੇ ਹਾਂ, ਇੰਨਾ ਅਸੀਂ ਜਾਣਦੇ ਹੁੰਦੇ ਹਾਂ ਕਿ ਸਾਨੂੰ ਇੱਕ ਇੱਕ ਚੀਜ਼ ਪਤਾ ਹੁੰਦੀ ਹੈ ਕਿ ਇਸ ਬੰਦੇ ਨੂੰ ਜੇ ਇਹਦਾ ਮੂਡ ਹੈ ਤਾਂ ਇਹਦੇ ਪਿੱਛੇ ਕੀ ਚੱਲ ਰਿਹਾ, ਇਹਦਾ ਮੂਡ ਦਾ ਇਸ਼ੂ ਹੈ, ਇਹਦਾ ਥੋਟ ਦਾ ਇਸ਼ੂ ਹੈ, ਇਹ ਜਿਹੜਾ ਬਿਹੇਵੀਅਰ ਕਰ ਰਿਹਾ ਕਿਉਂ ਕਰ ਰਿਹਾ, ਇਹਨੂੰ ਅੰਦਰੋਂ ਅੰਦਰ ਮੇਰੇ ਨਾਲ ਖਿੱਝ ਹੈ, ਇਹਨੂੰ ਜੈਲਸੀ ਹੈ, ਇਹਨੂੰ ਸਭ ਕੁਛ ਹੈ,
ਪਰ ਇਹ ਸਾਰਾ ਕੁਛ ਜਾਣ ਕੇ ਵੀ ਅਸੀਂ ਉਸ ਨਤੀਜੇ ਤੇ ਨਹੀਂ ਪਹੁੰਚ ਸਕਦੇ ਕਿ ਇਹ ਇਨਸਾਨ ਕਿਹੋ ਜਿਹਾ ਹੈਗਾ ਤੇ ਇਸ ਇਨਸਾਨ ਦੇ ਆਹ ਜਿਹੜਾ ਮੂਡ ਹੈ ਰਿਪ੍ਰਜੈਂਟ ਕੀ ਕਰਦਾ ਤੇ ਆਹ ਚੀਜ਼ ਕੀ ਰਿਪ੍ਰਜੈਂਟ ਕਰਦੀ ਹੈ, ਕਿਉਂਕਿ ਅਸੀਂ ਇਹਨਾਂ ਨੂੰ ਐਨਾਲਾਈਜ਼ ਨਹੀਂ ਨਾ ਕਰਦੇ ਤੇ ਅਸੀਂ ਇਹਨਾਂ ਨੂੰ ਉਸੇ ਇਦਾਰਿਆਂ 'ਚ ਪਾਈ ਜਾਂਦੇ ਹਾਂ ਕਿ ਜਿਹੜੇ ਅਸੀਂ ਇਦਾਰੇ ਸ਼ੁਰੂ ਤੋਂ ਸਿੱਖੇ ਹੋਏ ਹੈ ਕਿ ਇਹ ਜਿਹੜੀ ਹੈ ਧੋਖਾ ਹੁੰਦਾ। ਹੁਣ ਜੇ ਕੋਈ ਇਨਸਾਨ ਤੁਹਾਡੇ ਨਾਲ ਹਿਊਮੀਲੇਟ ਕਰਦਾ ਜਾਂ ਤੁਹਾਨੂੰ ਕੋਈ ਬੇਇੱਜ਼ਤੀ ਕਰਦਾ ਜਾਂ ਤੁਹਾਨੂੰ ਕੋਈ ਨੀਵਾਂ ਦਿਖਾਉਂਦਾ ਜਾਂ ਤੁਹਾਨੂੰ ਕੋਈ ਛੋਟੂ ਕਹਿੰਦਾ ਜਾਂ ਕੁਛ ਕਰਦਾ ਜਾਂ ਤੁਹਾਡੇ ਉੱਪਰ ਕੋਈ ਤੌਂਸ ਜਮਾਉਂਦਾ, ਤੇ ਤੁਸੀਂ ਉਹਨੂੰ ਅਸਰਟਿਵਲੀ ਕਹਿ ਸਕਦੇ ਹੋ ਕਿ ਆਹ ਚੀਜ਼ ਠੀਕ ਹੈ। ਪਿਆਰ ਤਾਂ ਇੱਕ ਵੱਖਰਾ ਕੰਮ ਹੈ, ਡਿਪਾਰਟਮੈਂਟ ਵੱਖਰਾ, ਤਕਲੀਫਾਂ ਦਾ ਡਿਪਾਰਟਮੈਂਟ ਆਈ ਡੋਂਟ ਡਿਜ਼ਰਵ। ਮੈਂ ਇਹੋ ਜਿਹਾ ਕੋਈ ਕੰਮ ਨਹੀਂ ਕਰ ਰਹੀ ਜਿਹਦੇ ਕਰਕੇ ਮੈਨੂੰ ਤੂੰ ਤਕਲੀਫ ਦੇਵੇਂ। ਜੇ ਆਪਾਂ ਇਹ ਦੋ ਚੀਜ਼ਾਂ ਨੂੰ ਡਿਫਰੈਂਸ਼ੀਏਟ ਕਰ ਲਈਏ ਨਾ ਤਾਂ ਜ਼ਿੰਦਗੀ ਬੜੀ ਸਾਫ਼ ਸੁਥਰੀ ਤੇ ਸਾਡੇ ਆਪਸ 'ਚ ਘਰਾਂ 'ਚ ਗੱਲਬਾਤ ਹੋ ਸਕਦੀ ਹੈ, ਪਰ ਸਾਡੇ ਘਰਾਂ ਦੇ ਵਿੱਚ ਗੱਲਬਾਤ ਹੁੰਦੀ ਨਹੀਂ ਹੈ। ਐਂਡ ਗੱਲਬਾਤ ਇਸ ਕਰਕੇ ਨਹੀਂ ਹੁੰਦੀ ਕਿਉਂਕਿ ਅਸੀਂ ਕਲੋਜ਼ ਰਿਲੇਸ਼ਨਸ਼ਿਪ ਦੇ ਵਿੱਚ ਇੰਨੀ ਚੰਗੀ ਤਰ੍ਹਾਂ ਇੱਕ ਦੂਜੇ ਨੂੰ ਜਾਣਦੇ ਹੁੰਦੇ ਹਾਂ ਕਿ ਅਸੀਂ ਸਿੱਧੀ ਗੱਲ ਕਰ ਹੀ ਨਹੀਂ ਪਾਉਂਦੇ, ਮੁੱਦੇ ਦੀ ਗੱਲ ਨਹੀਂ ਕਰ ਪਾਉਂਦੇ।